ਇੰਨਾ ਟਾਈਮ ਨਹੀਂ ਲੱਗਾ ਅਤੇ ਮੈਂ ਕਿਹਾ ਅੱਜ ਮੈਂ ਲਾਸਟ ਨੂੰ ਮਿਲ ਕੇ ਜਾਣਾ ਅਤੇ ਮੋਲੀ ਨੂੰ ਬੈਠਾ ਸਾਰਿਆਂ ਤੋਂ ਜ਼ਿਆਦਾ ਅਰਦਾਸ ਹੋਇਆ ਕਹਿੰਦਾ ਮੈਂ ਤਾਂ ਸਭ ਤੋਂ ਪਹਿਲਾਂ ਕਹਿਣਾ ਮੈਂ ਇਹਨੂੰ ਕਿਹਾ ਕਿ ਨਾਨੀ ਕੋਲ ਰਹਿ ਲਾ ਕਿਉਂਕਿ ਫਿਰ ਅਸੀਂ ਵਾਪਸ ਘਰ ਵੀ ਲਾਜ਼ਮੀ ਜਾਣਾ ਅਤੇ ਮੋਲੀ ਮੰਨਿਆ ਨਹੀਂ ਕਹਿੰਦਾ ਮੈਂ ਬਹੁਤ ਜ਼ਿਆਦਾ ਅਰਦਾਸ ਹੋਇਆ ਅਤੇ ਹੁਣ ਅਸੀਂ ਜਾਂਦੇ ਹਾਂ ਕਿਹੜਾ ਜਗ੍ਹਾ ਸਿੰਗਰ ਬਣਾ ਮੰਗ ਲਈ ਅੱਛਾ ਜੀ ਘਰ ਅਸੀਂ ਪਹੁੰਚ ਗਏ ਘਰ ਵਾਲਿਆਂ ਫਿਰ ਪਤਾ ਹੀ ਨਹੀਂ ਆ ਜਾਓ ਆ ਜਾਓ ਆ ਜਾਓ ਹਿਬਾ ਹਮਨਾ ਸ਼ਰਮਾਉਣ ਦੀ ਮੂੰਹ 'ਚ ਹਿਬਾ ਨਿਕਲ ਗਿਆ ਵੱਡੇ ਚਾਚੇ ਦਾ ਟਾਈਮ ਸ਼ਾਮ ਨੂੰ 5 ਵਜੇ ਖਤਮ ਜੇ ਤੁਸੀਂ ਨਾ ਹੁੰਦੇ ਫਿਰ ਮੈਂ ਵੀਡੀਓ ਬਣਾ ਦੇਣੀ ਸੀ ਪਤਾ ਟਾਈਮ ਹੀ ਨਹੀਂ ਸੱਚੀ ਹੋਰ ਮੋਇਜ਼ ਹਮਲਾ ਠੀਕ ਠਾਕ ਸੀ ਇੱਥੇ ਨਾਨੀ ਕੋਲ ਰਹਿ ਲਾ ਤੂੰ ਨਾ ਫਿਰ ਵਾਪਸ ਜਾਣਾ ਵੀ ਨਾ ਸੀ ਘਰ ਤੇ ਮੋਇਜ਼ ਕਹਿੰਦਾ ਨਾ 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 ਮੈਂ ਤਾਂ ਕਹਿੰਦਾ ਨਾ ਫਾਤਮਾ ਤੋਂ ਸਾਰਿਆਂ ਤੋਂ ਜ਼ਿਆਦਾ ਦਾ ਅੱਛਾ ਤੇ ਫਿਰ ਮੇਰੀ ਹਿਬਾ ਰਹਿ ਗਈ ਵਿਚਾਰੀ ਜੀ ਰਹਿ ਗਏ ਥੋੜੇ ਦਿਨ ਮੈਂ ਕਹਿੰਦੀ ਆ ਜਦੋਂ ਸਕੂਲ ਜਾਂਦੀ ਪਾਪਾ ਕਿੰਨੇ ਦਿਨ ਰਹਿ ਗਏ ਅੱਛਾ ਹਮ ਲਾਈ ਥੀ ਤੇ ਅੰਟੀਆਂ ਤੇਰੀ ਠੀਕ ਠਾਕ ਦਿਨੇ ਇਸ ਤਰ੍ਹਾਂ ਸੁੱਤੀ ਪਈ ਹੈ ਰਾਤ ਨੂੰ ਆਉਂਦੀ ਹੈ ਬਈ ਮੇਰੇ ਨਾਲ ਬਸ ਖੇਡਦੇ ਰਹੋ ਗੱਲਾਂ ਕਰਦੇ ਰਹੋ ਤੇ ਬਸ ਮੇਰੇ ਨਾਲ ਜਾਗਦੇ ਰਹੋ ਉਹ ਕਹਿੰਦੀ ਮੈਂ ਲਾਡੀ ਕਰ ਲਵਾਂ ਥੋੜੀ ਜੀ ਮੇਰੇ ਨਾਲ ਤੇ ਵੀ ਤੁਸੀਂ ਚੱਕ ਲਿਓ ਬਾਅਦ ਵਿੱਚ ਠੀਕ ਹੈ ਨਾ ਤੁਹਾਡਾ ਚੱਕ ਲਈ ਉਹ ਸੁੱਤੀ ਹੈ ਨਾ ਜਦੋਂ ਹਮਨਾ ਇੱਥੇ ਮਾਮੂ ਨੇ ਠੀਕ ਠਾਕ ਸੀ ਨਾਨੀ ਠੀਕ ਸੀ ਹੋਰ ਤੁਸੀਂ ਸੁਣਾਓ ਮੰਮੀ ਹਰੀ ਠੀਕ ਠਾਕ ਸਨ ਕੱਲ ਚਿੱਟੇ ਕੱਪੜੇ ਐਸੇ ਤਰ੍ਹਾਂ ਚਿੱਟਾ ਸੂਟ ਪਾਇਆ ਸੀ ਨਾ ਦੂਸਰਾ ਤੇ ਆਖਦਾ ਵੀ ਭਾਬੀ ਬਿਲਕੁਲ ਮੁੰਡਾ ਲੱਗਦਾ ਨੱਕ ਤੋਂ ਵੀ ਮੁੰਡਾ ਲੱਗਦਾ ਤੇ ਇਹਦੀ ਵੀ ਸ਼ੇਪ ਮੁੰਡਿਆਂ ਦੀ ਇਹ ਮੇਰੇ ਮੋਇਜ਼ ਦੇ ਹੈ ਨਾ ਮੋਇਜ਼ ਨੱਕ ਤਾਂ ਸਾਰਾ ਮੋਇਜ਼ ਦੇ ਵੀਡੀਓ ਬਣਦੇ ਨਾ ਫਿਰ ਸ਼ੋਹਰਾਂ ਦਾ ਵਿੱਚ ਤੇ ਇਹ ਤੇਰੇ ਵਾਲਾਂ ਦੀ ਕਟਿੰਗ ਕਿਨੇ ਕਰਾਈ ਮੈਂ ਹੁਣ ਤੇਰੀ ਵੀਡੀਓ ਦੇਖੀ ਤੇਰੇ ਚਾਚੂ ਦੀ ਗੱਭਰੇ ਵਾਲ ਕੱਟੇ ਵਿਚਾਰੇ ਦੇ ਨੱਕ ਕੋਈ ਸਹੀ ਸਗੋ ਨੱਕ ਕੁੱਟੋ ਮੈਂ ਕਰਾਂ ਹੀ ਬਾਰ ਫੋਨ ਉਹਨੇ ਰੋ ਪੈਣਾ ਕੱਲ ਬਈ ਪਿਆ ਵਿਚਾਰਾ ਥੱਕਾ ਪਿਆ ਸੀ ਭੱਜ ਭੱਜ ਕੇ ਵਿਚਾਰਾ ਭੱਜ ਕੇ ਪਤਾ ਨੀ ਸ਼ਾਇਦ ਉਹ ਵਿਚਾਰੇ ਦੀ ਨੀਂਦ ਨੀ ਸੀ ਪੂਰੀ ਹੋਈ ਜਾਂ ਕੀ ਸੀ ਚੱਕਰ ਬੈਡ ਤੇ ਬੈਠ ਜਾ ਨਾ ਬੈਡ ਤੇ ਬੈਠ ਜਾ ਫਿਰ ਫੜ ਲਈ ਕੱਲ ਬਈ ਪਿਆ ਨਾ ਬੜੀਆਂ ਗੱਲਾਂ ਇਹਦੇ ਨਾਲ ਗੌਰ ਨਾ ਵਹਿੰਦੀ ਸੀ ਉਹਦੇ ਮੂੰਹ ਵੱਲੋਂ ਬਾਈ ਜੀ ਇਹ ਤਾਂ ਮੋਟੀ ਹੁੰਦੀ ਮੋਟੀ ਨਹੀਂ ਹੁੰਦੀ ਪਈ ਤੁਸੀਂ ਤਾਂ ਸਮਾਨ ਵਾਲੀ ਗੱਲ ਕੀਤੀ ਇਹ ਚਾਚੂ ਆ ਝੂਲੇ ਨਾ ਦੇਈ ਜਾ ਇਹਨੂੰ ਮੇਰਾ ਵੀ ਜੇ ਫੀਡ ਕਰਵਾ ਦੇ ਇਹਨੂੰ ਆਪਣਾ ਵੀ ਕਰਵਾ ਦੇ ਦੂਸਰਾ ਵੀ ਪੀ ਲੇ ਇਹ ਆਉਂਦੀ ਹੈ ਬਸ ਪਿਆਈ ਜਾਓ ਟਿੱਡੀ ਤੇ ਇੱਡੀ ਹੈ ਕੋਈ ਨੀ ਉਹ ਫਿਰ ਤਾਂ ਜਿਹੜੀ ਕਹਿੰਦਾ ਸਿੱਟ ਦਿੰਦੀ ਹੈ ਨਹੀਂ ਉਹ ਇੱਕ ਨੰਬਰ ਤੱਕ ਹਜੇ ਵੀ ਪੀਂਦੀ ਹੈ ਹਜੇ ਵੀ ਇੱਕ ਨੰਬਰ ਤੱਕ ਹੀ ਪੀਂਦੀ ਇਹ ਨਹੀਂ ਇਹ ਮੋਇਸ ਤੇ ਮੇਰਾ ਮੁੰਡਾ ਇਹ ਮੋਇਸ ਤੇ ਹੀ ਹੈ ਹਨਾ ਵੇਖਿਆ ਰੋਣ ਲੱਗ ਗਈ ਬਾਹਰ
ਦੇ ਪੱਖੇ ਚਲਾ ਜਾਂਦੇ ਬੋਲੀਆਂ ਗਰਮੀਆਂ ਆ ਗਈਆਂ ਹੈ ਨਾ ਪੁੱਛ ਰੋ ਤੇ ਮੜਾ ਜੇ ਰਾਤੀ ਪੱਖਾ ਬੰਦ ਹੋਵੇ ਨਾ ਕੂਲਰ ਬੰਦ ਹੋਣ ਦੀ ਟੇਲੇ ਇਹ ਰੋਣ ਲੱਗ ਜੇ ਪੱਖੇ ਨੂੰ ਨਾ ਘਟਾਓ ਨਾ ਭਾਈ ਨਾ ਛਾਤੀ ਜਮ ਜਾਂਦੀ ਸਾਡਾ ਰੰਗ ਕਾਲਾ ਚਰਮੇਟੀ ਰਸਣਾ ਹੋਵੇ ਨਹੀਂ ਰੰਗ ਦਾ ਕੋਈ ਨਹੀਂ ਇਹ ਵੈਸੇ ਜਿਹੜਾ ਨੇ ਗਰਮੀ ਬਰਦਾਸ਼ਤ ਨਹੀਂ ਕਰਦਾ ਛਾਤ ਵਾਲੇ ਪੱਖੇ ਤੇ ਲੈ ਕੇ ਉਹਨੇ ਕੂਲਰ ਦੇ ਸੀ ਉਹਨੂੰ ਤੇ ਛਾਤ ਵਾਲੇ ਪੱਖੇ ਤੇ ਆ ਗਈ ਹੌਲੀ ਹੌਲੀ ਫਿਰ ਤੁਹਾਡੇ ਦੇ ਮੌਸਮ ਚੇਂਜ ਹੋਣਾ ਫਿਰ ਇਹ ਟਕ ਜਾਣਾ ਇਹਨੇ ਅੱਛਾ ਨਹੀਂ ਉਹ ਨਹੀਂ ਕਿਸੇ ਐ ਛਣੀ ਐ ਦਾਨੀ ਉਹ ਮੇਰਾ ਮੱਖਣ ਹੈ ਉਹ ਮੇਰੇ ਦਾਦੀ ਕਰ ਲੋ ਆਵਾਸ ਹਾਂ ਚਲੀਏ ਫਿਰ ਹਾਂ ਧੀ ਰਾਣੀ ਨੂੰ ਤੇ ਚਲੀਏ ਪੁੱਤ ਫਿਰ ਹਾਂਜੀ ਵੀ ਚਲੀਏ ਗੱਲਾਂ ਕਰਦੀ ਆ ਜਾ ਮੇਰਾ ਪੁੱਤ ਚਲੀਏ ਹੈ ਆ ਜਾ ਏ ਚਨੇ ਚਨੇ ਆ ਜਾ ਤੋਪ ਚ ਖਾਂਦੀ ਆ ਚੋ ਪਪਾ ਬਾਸ਼ਾ ਦੇ ਸੋਨਾ ਬੇਟਾ ਇਹ ਤੇ ਜਦੋਂ ਪਪਾ ਕੋਲ ਉੱਥੇ ਘਰ ਜਾਊਗੀ 4 ਦਿਨ ਰਹੂਗੀ ਤੇ ਫੇਲ ਆਡੀ ਕਰੂਗੀ ਆ ਜਾ ਮੇਰਾ ਚੋਨਾ ਬੇਟਾ ਮੇਰੇ ਪੁੱਤ ਨੂੰ ਪਤਾ ਪਪਾ ਨਾਲ ਫੋਨ ਤੇ ਗੱਲ ਕਰਦਾ ਹੈ ਪਤਾ ਤਾਂ ਹੈਗਾ ਨਾ ਮੇਰਾ ਸਾਥੀ ਦਾ ਹੈ ਮੇਰੀ ਬੱਫੀ ਬੱਫੀ ਆ ਉਹ ਤੇ ਕਿਹਾ ਨਹੀਂ ਦੀ ਬਾਬੂ ਤੇਰਾ ਅਬੂ ਜੀ ਵਾਲਾ ਮੋਟਰਸਾਈਕਲ ਵੇਚੋ ਰੈਡ ਕਲਰ ਵਾਲਾ ਓਹਦਾ ਨਾਂ ਰੱਖਿਆ ਨੂੰ ਅਬੂ ਜੀ ਦਾ ਹਾਂ ਤੇ ਉਹ ਮੈਨੂੰ ਲੈ ਵੇਚ ਕੇ ਤੇ ਲੈ ਦੋ ਪਿੱਦੀ ਮੈਂ ਕਿਹਾ ਉਹ ਕੀ ਕਰਨੀ ਕਹਿੰਦਾ ਹੁਣ ਮੈਂ ਸਾਈਕਲ ਹੀ ਚਲਾ ਲੈਣਾ ਤੇ ਮੈਂ ਹੁਣ ਮੋਟਰਸਾਈਕਲ ਚਲਾ ਲਿਆ ਕਰੂੰਗਾ ਹਾਂਜੀ ਗਰਮੀ ਲੱਗਦੀ ਅਸਲ ਚ ਨਾ ਇਹਨੂੰ ਜ਼ਿਆਦਾ ਪੱਖੇ ਤੇ ਵੀ ਨਾ ਰੱਖਿਓ ਕਰੋ ਥੋੜੀ ਥੋੜੀ ਗਰਮੀ ਲੱਗਣੀ ਦੇਣੀ ਚਾਹੀਦੀ ਹੈ ਅਸਲ ਜਿਸ ਟਾਈਮ ਬੰਦਾ ਪੱਖੇ ਤੋਂ ਉੱਠ ਕੇ ਬਾਹਰ ਆਵੇ ਨਾ ਜਾਂ ਏਸੀ ਤੋਂ ਉਦੋਂ ਗਰਮੀ ਜ਼ਿਆਦਾ ਲੱਗਦੀ ਹਾਂ ਮੋਈਜ਼ ਮੋਟਰਸਾਈਕਲ ਨਾਲ ਗਿਰ ਜਾਵੇ ਬੇਟਾ ਸੱਟ ਲੱਗ ਜਾਣੀ ਤੁਹਾਨੂੰ ਮੈਂ ਬਸ ਪਾਣੀ ਪਿਲਾਇਓ ਠੰਡਾ ਅਸੀਂ ਚਲੀਏ ਹਾਂ ਦੋ ਨਹੀਂ ਹੁਣ ਨਾ ਚਲੀਏ ਹਾਂਜੀ ਕੋਈ ਨੀ ਆਪਾਂ ਪਕੜ ਲਾਂਗੇ ਕੋਈ ਮਸਲਾ ਨੀ ਗਰਮੀ ਬਹੁਤ ਮਨਾਉਂਦੀ ਗਿਰ ਜਾਊਂਗਾ ਯਾਰ ਗੁੱਡੀ ਲੈਣੀ ਖਲੋਣੇ ਲੈਣੇ ਤੇ ਅੱਜ ਤੇ ਜੁਮਾ ਬਹੁਤ ਮਿਲਣਾ ਹੀ ਨੀ ਮੈਂ ਨਾ ਥੋੜੇ ਦਿਨਾਂ ਤੱਕ ਇਹ ਆਉਣਾ ਤੇ ਫਿਰ ਮੈਂ ਤੇਰੇ ਵਾਸਤੇ ਨਾ ਗੁੱਡੀ ਲੈ ਆਊਂਗਾ ਕਿਉਂਕਿ ਅੱਜ ਜੁਮਾ ਦੁਕਾਨਾਂ ਬੰਦ ਹੋ ਗਈਆਂ ਹੋਈਆਂ ਬੇਟਾ ਹੈਂ ਨਾਲ ਖਤਮ ਦਾ ਟਾਈਮ ਹੋ ਗਿਆ ਹੁਣ ਉੱਧਰ ਤੇ ਚਲੋ ਹੁਣ ਅਨਾਇਆ ਬਾਅਦ ਤੁਹਾਨੂੰ ਮਿਲ ਲਿਆ ਅਤੇ ਚਾਚੇ ਨੂੰ ਮਿਲ ਗਿਆ ਹੁਣ ਆਪਾਂ ਚਲੀਏ ਅਤੇ ਫਿਰ ਤਕਰੀਬਨ ਥੋੜ੍ਹੇ ਦਿਨਾਂ ਤੱਕ ਨਾ ਤੇਰੀ ਮੰਮਾ ਨੂੰ ਮੈਂ ਛੱਡ ਕੇ ਜਾਊਂਗਾ ਅਤੇ ਫਿਰ ਤੇਰੀ ਮੰਮਾ ਬਾਜ਼ਾਰ ਆਈ ਟੋਲਿਆ ਦੋ ਗੁੱਡੀ ਅਤੇ ਮੇਰਾ ਚੱਕਰ ਲੱਗ ਗਿਆ ਪਹਿਲਾਂ ਤਾਂ ਮੈਂ ਲੈ ਦੂੰਗਾ ਠੀਕ ਆ ਸਹੀ ਆ ਹੁਣ ਖੁਸ਼ ਆ ਪੜ੍ਹਦਾ ਹੈਗਾ ਮੇਰੇ ਕੋਲ ਸਬਕ ਆ ਜਾ ਕੀ ਗੱਲ ਲੱਗ ਸਹੀ ਹੈ ਨਾ ਦੇਖੋ ਚਾਚੂ ਕੀ ਕਰਦਾ ਠੀਕ ਹੈ ਦੇਖ ਕੇ ਆਵਾਂ ਪਹਿਲਾਂ ਸਹੀ ਮੈਨੂੰ ਲੱਗਦਾ ਇਹ ਤਾਂ ਨਾ ਨਾਇਆ ਫਾਤਮਾ ਦਾ ਪੇਟ ਦਰਦ ਕਰਦਾ ਤਾਂ ਰੋ ਰਹੀ ਆ ਹੱਥ ਲਾ ਕੇ ਦੇਖੋ ਨਾ ਪੇਟ ਨੂੰ ਹਾਂ ਇਹਨੂੰ ਕਤਰੇ ਦੇਵੋ ਮੈਂ ਤਾਂ ਪਹਿਲਾਂ ਹੀ ਦੱਸਿਆ ਸੀਗਾ ਇੰਨਾ ਕੁ ਮੈਨੂੰ ਤਜਰਬਾ ਹੈਗਾ ਇਹਦਾ ਨਾ ਪੇਟ ਦਰਦ ਕਰਦਾ ਕੁੜੀ ਦਾ ਤਾਂ ਰੋਂਦੀ ਆ ਇਹ ਵੀ ਪਾਣੀ ਮੰਗਦੇ ਆ ਪੌਦੇ ਇਹ ਵੀ ਪਾਣੀ ਮੰਗਦੇ ਆ ਪਾਣੀ ਪਵੇ ਨਾ ਰੋਜ਼ ਫਾਇਦਾ ਫਿਰ ਗਰਮੀ ਜੀ ਹੋਈ ਹੈ ਤਾਂ ਇਹ ੜਿੱਕਾ ਲੱਗਦਾ ਨਾ ਦੀਵਾਰ ਦਾ ਆਹ ਸੇਖ ਲੱਗਦਾ ਹਾਂਜੀ ਸੇਖ ਚੰਗਾ ਲੱਗਦਾ ਤਾਂ ਕਰ ਬੂਟੇ ਸੁੱਕ ਚਲੇ ਨਾ ਫਿਰ ਉਹਨੇ ਰੋਜ਼ ਇੱਕ ਵਾਰੀ ਤੇ ਪਾਣੀ ਲਾਈਦਾ ਨਹੀਂ ਪਾਣੀ ਲਾਇਆ ਕਰੋ ਚਲੋ ਮਿਰਚਾਂ ਘਰਦੀਆਂ ਹੋ ਜਾਂਦੀਆਂ ਮਿਰਚਾਂ ਤਾਂ ਬੜੀ ਮੌਜ ਬਣੀ ਹੈ ਇੱਥੋਂ ਰੋਲ ਲੈਣੀਆਂ ਨੇ ਆਏ ਮਾਏ ਜੰਮੇ ਆ ਆਪਣਾ ਜੇ ਇਮਲੀ ਜੇ ਇਮਲੀ ਜਿਹੜੇ ਚੌਲਾਂ 'ਚ ਪਾਉਂਦੇ ਨੇ ਇਹ ਇਮਲੀ ਦੇ ਬੂਟੇ ਨੇ ਸਹੀ ਆ ਨਿੱਕੜ ਸ਼ੁੱਕਰ ਤਾਂ ਬੜਾ ਲਾਇਆ ਇੱਥੇ ਜਗ੍ਹਾ ਵੀ ਸਹੀ ਹੈ ਨਾ ਪਾਣੀ ਮਿੱਠਾ ਹੋ ਜਾਣੇ
अच्छा जी अनाया बेटी ने मिल लिया तो हूँ असं वापस जा रहे हैं अपने घर। वो बस घर बैठा रोपोगी। चलो चाची ने मिल लो हूँ चलिए भैन तो मिल लिया। चलो मोहित नाची जा रहे हैं।